आज मैं बनाने जा रही हाँ आलू ते सूजी की डिश। इसलिए असी लवेंगे एक कप सूजी, अद्धा कप दही, अद्धा कप ही लाल ते हरी शिमला मिर्च। इससे तुसी चाहो तो कोई भी सब्जी जूस कर सकते हैं। दो हरी मिर्चा, नमक स्वाद अनुसार, ते अद्धा कप पानी दा। हुण इस नूं मिक्स कर लेंगे। जिन्ना असी दही लेना उन्ना ही पानी लेना। जे सानूं लोड़ पई तो बाद विच असी थोड़ा जिहा होर मिक्स कर सकते हैं। मैं 2 चम्मचे करीब ना पानी हो मिक्स किया। तो हम असं इस ढक के 10 मिनट लिए रख देंगे, जिस ना कि सूजी ना फूल जाऊगी। दस मिनट तो बाद असं इसमें कोई खोल के देख लेने हैं। हुण इस विच पावांगे 1/4 छोटा चम्मच बेकिंग पाउडर, खाण वाला सोडा। तीनों मिक्स कर लेंगे। हुण असीं एक ट्रे लवांगे तो उहदियां सारियां साइड्स से ना तेल ला लेंगे, जिहदे नाल कि जदों असीं बैटरी दे विच पावांगे ना उह बणन तों बाद उह आसानी नाल निकल जूगा। हुण इस विच बैटर पा देंगे। ਅਤੇ ਕੜਾਹੀ ਵਿੱਚ ਅਸੀਂ ਪਾਣੀ ਪਾ ਕੇ ਉਬਲ ਨਹੀਂ ਰੱਖ ਦਿੱਤਾ ਸੀ, ਤਾਂ ਅਸੀਂ ਜਿਹੜਾ ਬੈਟਰ ਰੈਡੀ ਕੀਤਾ ਨਾ ਉਹਨੂੰ ਇਸ ਵਿੱਚ ਰੱਖ ਦਾਂਗੇ। ਇਸ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖ ਦੇਣਾ ਤਾਂ ਜੋ ਸਟੀਮ ਨਾਲ ਇਹ ਬਣ ਜਾਵੇ। 15 ਕੁ ਮਿੰਟ ਬਾਅਦ ਅਸੀਂ ਇਸ ਨੂੰ ਇੱਕ ਵਾਰੀ ਚੈੱਕ ਕਰ ਲੈਂਦੇ ਹਾਂ। ਅਸੀਂ ਇੱਕ ਨਾਈਫ ਲਵਾਂਗੇ ਅਤੇ ਉਸ ਨੂੰ ਇਸ ਵਿੱਚ ਪਾਵਾਂਗੇ। ਜੇ ਤਾਂ ਨਾਈਫ ਬਿਲਕੁਲ ਕਲੀਨ ਆ ਤਾਂ ਮਤਲਬ ਇਹ ਉਹ ਪੱਕ ਗਿਆ ਵਾ, ਪਰ ਜੇ ਬੈਟਰ ਉਹਨੂੰ ਲੱਗਾ ਤਾਂ ਫਿਰ ਅਸੀਂ ਥੋੜ੍ਹੀ ਦੇਰ ਹੋਰ ਉਹਨੂੰ ਸਟੀਮ ਕਰਾਂਗੇ। ਬੈਟਰ ਲੱਗਦਾ ਪਿਆ ਨਾਈਫ ਨੂੰ, ਅਸੀਂ ਇਸਨੂੰ ਥੋੜ੍ਹੀ ਦੇਰ ਹੋਰ ਸਟੀਮ ਕਰ ਲਾਂਗੇ। ਹੁਣ ਥੋੜ੍ਹੀ ਦੇਰ ਬਾਅਦ ਅਸੀਂ ਫਿਰ ਇੱਕ ਵਾਰ ਚੈੱਕ ਕਰ ਲੈਂਦੇ ਹਾਂ। ਦੇਖ ਸਕਦੇ ਹੋ ਕਿ ਨਾਈਫ ਬਿਲਕੁਲ ਕਲੀਨ ਆ, ਇਹਦਾ ਮਤਲਬ ਕਿ ਇਹ ਰੈਡੀ ਆ। ਬਾਅਦ ਅਸੀਂ ਇੱਕ ਪੈਨ ਵਿੱਚ ਲਵਾਂਗੇ ਤੇਲ, ਅਤੇ ਜਦੋਂ ਤੇਲ ਗਰਮ ਹੋ ਗਿਆ ਤਾਂ ਇਸ ਵਿੱਚ ਪਾਵਾਂਗੇ 1/2 ਛੋਟਾ ਚਮਚ ਰਾਈ। ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਅਤੇ ਉਸ ਤੋਂ ਬਾਅਦ ਇਸ ਵਿੱਚ ਪਾਉਣਾ ਪਿਆਜ਼ 2 ਵੱਡੇ ਚਮਚ ਦੇ ਕਰੀਬ, 2 ਹਰੀਆਂ ਮਿਰਚਾਂ, 1/2 ਛੋਟਾ ਚਮਚ ਹਲਦੀ। ਮਸਾਲੇ ਤੁਸੀਂ ਨਾ ਆਪਣੇ ਸਵਾਦ ਅਨੁਸਾਰ ਘੱਟ ਵੱਧ ਕਰ ਸਕਦੇ ਹਾਂ। 1/2 ਛੋਟਾ ਚਮਚ ਹੀ ਕਾਲੀ ਮਿਰਚ, ਨਮਕ ਸਵਾਦ ਅਨੁਸਾਰ, ਅਤੇ 4 ਮੀਡੀਅਮ ਸਾਈਜ਼ ਦੇ ਉਬਲੇ ਹੋਏ ਆਲੂ। ਇਹਨਾਂ ਸਾਰਿਆਂ ਨੂੰ ਮਿਕਸ ਕਰ ਲਾਂਗੇ ਅਤੇ ਇਸਦੇ ਉੱਪਰ ਪਾਵਾਂਗੇ ਹਰਾ ਧਨੀਆ। ਇਹਨੂੰ ਮਿਕਸ ਕਰ ਲੈਣਾ ਅਤੇ ਫਿਰ ਇਸਨੂੰ ਠੰਡਾ ਹੋਣ ਲਈ ਰੱਖ ਦਾਂਗੇ। ਤਾਂ ਹੁਣ ਠੰਡੇ ਹੋ ਗਏ ਆ ਅਤੇ ਚਾਕੂ ਨਾਲ ਅਸੀਂ ਪਹਿਲਾਂ ਸਾਈਡਸ ਤੋਂ ਇਹਦੀਆਂ ਕਿਨਾਰਿਆਂ ਤੋਂ ਤਾਂ ਕਰ ਲਾਂਗੇ, ਜਿੰਨਾ ਕਿ ਆਸਾਨੀ ਨਾਲ ਨਿਕਲ ਜਾਊਗਾ। ਦੇਖ ਸਕਦੇ ਹੋ ਕਿ ਦੇਖਣ ਵਿੱਚ ਵੀ ਕਿੰਨਾ ਵਧੀਆ ਲੱਗਦਾ। ਹੁਣ ਅਸੀਂ ਇਸਨੂੰ ਇਹਦਾ ਪੀਸਿਸ ਕੱਟ ਲਾਂਗੇ। ਤੁਸੀਂ ਜਿਸ ਵੀ ਸ਼ੇਪ ਵਿੱਚ ਚਾਹੋ ਇਹਨੂੰ ਕੱਟ ਲਓ।
ਤੇ ਕੱਟਣ ਬਾਅਦ ਨਾ ਅਸੀਂ ਇਹਦਾ 2 ਪੀਸ ਲਵਾਂਗੇ ਤੇ ਇਸਦੇ ਉੱਪਰ ਲਾ ਦਾਂਗੇ ਕੈਚਅਪ, ਟਮਾਟੋ ਕੈਚਅਪ ਦੋ ਦੋ ਸਾਈਡ ਸੇ ਲਾ ਦੇਣੀ ਇਹ ਦੋਨੋਂ ਪੀਸਿਸ ਸੇ। ਇਸ ਦੇ ਉੱਪਰ ਪਾ ਦਾਂਗੇ ਉਬਲੇ ਹੋਏ ਆਲੂ ਜਿਹੜਾ ਅਸੀਂ ਮਿਕਸਰ ਰੈਡੀ ਕੀਤਾ ਸੀ, ਫਿਰ ਦੂਜੇ ਪੀਸ ਨੇ ਉੱਪਰ ਰੱਖ ਦੇਣਾ ਤੇ ਇੱਦਾਂ ਹੀ ਸਾਰੇ ਰੈਡੀ ਕਰ ਲਾਂਗੇ। ਜਦੋਂ ਇਹ ਰੈਡੀ ਹੋ ਗਏ ਤੇ ਫਿਰ ਇੱਕ ਤਵੇ 'ਤੇ ਅਸੀਂ ਤੇਲ ਲਾ ਕੇ ਇਹਨਾਂ ਨੂੰ ਦੋਨੋਂ ਸਾਈਡਸ ਤੋਂ ਚੰਗੀ ਤਰ੍ਹਾਂ ਪਕਾਵਾਂਗੇ। ਅਤੇ ਜਦੋਂ ਇਹ ਇੱਕ ਸਾਈਡ ਤੋਂ ਥੋੜ੍ਹਾ ਕ੍ਰਿਸਪੀ ਹੋ ਗਿਆ ਤਾਂ ਇਹਦੀ ਸਾਈਡ ਚੇਂਜ ਕਰ ਲੈਣੀ। ਦੇਖ ਸਕਦੇ ਹੋ ਕਿੰਨਾ ਸੋਹਣਾ ਰੰਗ ਆ ਗਿਆ। ਜਦੋਂ ਇੱਦਾਂ ਹੀ ਥੋੜ੍ਹੇ ਕ੍ਰਿਸਪੀ ਹੋ ਗਈ ਨਾ ਦੋਨੋਂ ਸਾਈਡਸ ਤੋਂ ਤਾਂ ਉਹ ਰੈਡੀ ਹੋ ਗਏ। ਥੋੜ੍ਹਾ ਇਹਨੂੰ ਇੱਕ ਪਲੇਟ ਵਿੱਚ ਕੱਟ ਲਾਂਗੇ ਅਤੇ ਫਿਰ ਇਸਨੂੰ ਗਰਮਾ ਗਰਮ ਟਮਾਟੋ ਕੈਚਅਪ ਨਾਲ ਸਰਵ ਕਰਾਂਗੇ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਤੁਹਾਨੂੰ ਸਭ ਤੋਂ ਪਹਿਲਾਂ ਮੇਰੀਆਂ ਵੀਡੀਓ ਮਿਲ ਜਾਣ।